ਨਮਸਕਾਰ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ एग्जाम ਪ੍ਰੈਪਰੇਸ਼ਨ ਦੇ ਤੇ ਪਿਆਰ ਬੱਚਿਓ ਅੱਜ ਆਪਾਂ ਜਿੰਨੇ ਵੀ ਕੁਸਚਨ ਪੜ੍ਹੇ ਐ MCQ ਉਹਨਾਂ ਦੀ ਕਰਾਂਗੇ ਰਿਵੀਜ਼ਨ ਹਾਂਜੀ ਪਹਿਲਾ ਹੈ ਵਾਟ ਵਾਸ ਫਲਿੱਪ ਚੂਜ਼ਨ ਟੂ ਪਲੇ ਇਨ ਦੀ ਕਨਸਰਟ ਫਲਿੱਪ ਨੇ ਸੰਗੀਤਕ ਸਭਾ ਦੇ ਵਿੱਚ ਕੀ ਵਜਾਇਆ ਸੀ ਹਾਂਜੀ ਉਹ ਉਹਦਾ ਸੀਗਾ ਜੀ ਅਨਸਰ ਆਏਗਾ ਵਾਇਲਨ ਫਲਿੱਪ ਵਾਂਟਡ ਟੂ ਬੀ ਅ ਮਿਊਜ਼ੀਸ਼ੀਅਨ ਫਲਿੱਪ ਇੱਕ ਸੰਗੀਤਕਾਰ ਬੰਨਣਾ ਚਾਹੁੰਦਾ ਸੀ ਹਾਂਜੀ ट्रू ਫਾਲਸ ਹੈ ਹਾਂਜੀ ਉਹ ਇੱਕ ਮਜਿਸ਼ੀਨ ਮੰਨਣਾ ਚਾਹੁੰਦਾ ਸੀ ਇਹ ਟ੍ਰੂ ਹੈ ਜੀ ਸਟੇਟਮੈਂਟ ਅਕੋਰਡਿੰਗ ਟੂ ਹਸਨ ਨਰਸ ਵਾਰ ਹਸਨ ਦੇ ਅਨਸਾਰ ਨਰਸ ਕੌਣ ਸਨ ਹਾਰਡ ਵਰਕਰਸ ਇਹਦਾ ਰਾਈਟ ਆਨਸਰ ਹੋਏਗਾ ਹਾਰਡ ਵਰਕਰਸ ਹਾਊ 올ਡ ਵਾਸ ਹਸਨ ਵੈਨ ਹੀ ਹੀ ਮੀਟ ਟੂ ਸੀ ਦੀ ਆਥਰ ਹਸਨ ਦੀ ਉਮਰ ਕਿੰਨੀ ਸੀ ਜਦੋਂ ਉਹ ਵੈਂਟ ਟੂ ਸੀ ਦੀ ਆਥਰ ਜਦੋਂ ਉਹ ਲੇਖਕ ਨੂੰ ਮਿਲਣ ਦੇ ਲਈ ਗਿਆ ਤਾਂ ਇਹਦਾ ਰਾਈਟ ਆਨਸਰ ਹੈ ਜੀ 35 ਸਾਲ ਦੀ ਉਮਰ ਸੀ ਜਦੋਂ ਹਸਨ ਔਥਰ ਨੂੰ ਲੇਖਕਾਂ ਨੂੰ ਸੁਦਾ ਮੁਰਤੀ ਨੂੰ ਮਿਲਣ ਦੇ ਲਈ ਕਿਹਾ ਵਟ ਵਾਸ ਹਸਨ ਸੇਲਿੰਗ ਹਸਨ ਕੀ ਵੇਚ ਰਿਹਾ ਸੀ ਵੈਨ ਹੀ ਹੀ ਮਿਟ ਦੀ ਨਰੇਟਰ ਜਦੋਂ ਉਹ ਲੇਖਕ ਨੂੰ ਮਿਲਿਆ ਹਾਂਜੀ ਉਹ ਵੇਚ ਰਿਹਾ ਸੀਗਾ ਹਾਈ ਸਕੂਲ ਸੌਫਟਵੇਅਰ ਸਿਟिज ਠੀਕ ਹੈ ਜੀ ਹਾਈ ਸਕੂਲ ਸੌਫਟਵੇਅਰ ਸਿਟिज ਫਲਿਪਰ ਲਵਡ ਟੂ ਵਰਕ ਐਟ ਦੀ ਬੇਕਰੀ ਫਲਿਪਰ ਬੇਕਰੀ ਦੇ ਵਿੱਚ ਕੰਮ ਕਰਨਾ ਪਸੰਦ ਕਰਦਾ ਸੀ ਹਾਂਜੀ ਉਹ ਬੇਕਰੀ ਦੇ ਕੰਮ ਨੂੰ ਪਸੰਦ ਨਹੀਂ ਕਰਦਾ ਸੀ ਤੇ ਇਹ ਸਟੇਟਮੈਂਟ ਆਏਗੀ ਫਾਲਸ Name the newspaper which held an essay contest. ਹਾਂਜੀ ਉਸ ਨਿਊਜ਼ਪੇਪਰ ਦਾ ਨਾਮ ਦੱਸਣਾ ਜੋ ਐਸੇ ਪ੍ਰਤੀਯੋਗਤਾ ਨੂੰ ਉਜੋਜਿਤ ਕਰਦੀ ਸੀ। ਹਾਂਜੀ ਇਹਦਾ ਰਾਈਟ ਆਨਸਰ ਹੋਏਗਾ ਦਾ ਵਾਸ਼ਿੰਗਟਨ ਪੋਸਟ। థామਸ ਪੇਡ ਡੈਸ਼ ਐਸ ਅੰਟਰਸਟ। ਥਾਮਸ ਨੇ ਕਿੰਨੇ ਰੁਪਏ ਅੰਟਰਸਟ ਦੇ ਤੌਰ ਤੇ ਦਿੱਤੇ? ਧਿਆਨ ਦੇਣਾ ਬੇਟਾ 15 ਡਾਲਰ 15 ਡਾਲਰ অপਸ਼ਨ ਨੰਬਰ A ਇਸ ਸਵਾਲ ਦਾ ਰਾਈਟ ਆਨਸਰ ਹੋਏਗਾ। ਹੂ ਇਜ਼ ਦੀ ਰਾਈਟਰ ਆਫ ਦੀ ਐਸੇ ਔਨ ਸੇਇੰਗ ਪਲੀਜ਼? ਔਨ ਸੇਇੰਗ ਪਲੀਜ਼ ਪਾਠ ਦਾ ਜੋ ਲੇਖਕ ਕੌਣ ਸੀ ਹਾਂਜੀ ਇਸ ਪਾਠ ਦਾ ਜਿਹੜਾ ਲੇਖਕ ਸੀਗਾ অপਸ਼ਨ ਨੰਬਰ ਸੀ ਏ ਜੀ ਗਾਰਡਨਰ ਵਾਟ ਊਡ ਸਿਟੀ ਗਟਰ ਰਨ ਵਿਦ ਇਫ ਟੋਟਲ ਲਿਬਰਟੀ ਇਜ਼ 기ਵਨ ਸ਼ਹਿਰ ਦੇ ਗਟਰ ਕਿਸ ਚੀਜ਼ ਦੇ ਨਾਲ ਭਰ ਜਾਣਗੇ ਜੇ ਪੂਰਨ ਆਜ਼ਾਦੀ ਦਿੱਤੀ ਜਾਂਦੀ ਹੈ ਤਾਂ ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਬਲੱਡ ਹਾਂਜੀ ਕੁਝ ਹੋਰ ਨੈਕਸਟ ਦੀ ਅਦਰ ਨੇਮ ਆਫ ਸੈਲੂਰ ਜੇਲ ਵਾਸ ਹਾਂਜੀ ਸੈਲੂਰ ਜੇਲ ਦਾ ਦੂਸਰਾ ਨਾਮ ਕੀ ਸੀ ਹਾਂਜੀ ਕਾਲਾ ਪਾਣੀ ਉਸਦਾ ਦੂਸਰਾ ਨਾਮ ਸੀ ਹੈਲਨ ਡੈਸ਼ ਡੈਸ਼ ਔਨ ਦੀ ਫਲੋਰ ਹੈਲਨ ਨੇ ਹੈਲਨ ਕੇਲਰ ਨੇ ਗੁੱਸੇ ਦੇ ਵਿੱਚ ਆ ਕੇ ਕਿਸ ਚੀਜ਼ ਨੂੰ ਫਰਸ਼ ਤੇ ਵਗਾ ਕੇ ਮਾਰਿਆ ਸੀ ਹਾਂਜੀ ਉਹ ਸੀ ਦਾ ਡੋਲ ਠੀਕ ਹੈ ਜੀ ਨੇਮ ਦੀ ਫਰਸਟ ਵਰਡ ਮਿਸਿਸ ਸੋਲੀਵਨ ਟੋਟ ਹੈਲਨ ਸੋਲੀਵਨ ਹੈਲਨ ਦੀ ਟੀਚਰ ਸੀ ਉਹਨੇ ਪਹਿਲਾ ਸ਼ਬਦ ਹੈਲਨ ਨੂੰ ਕੀ ਸਿਖਾਇਆ ਸੀ ਇਹਦਾ ਰਾਈਟ ਆਨਸਰ ਹੋਏਗਾ ਜੀ ਡੋਲ ði سالਵਰ جیل ਵਾਜ਼ ਰਾਈਟਲੀ ਡਿਸਕ੍ਰਾਈਬਡ ਐਜ਼ ði ਡੈਸ਼ ਆਈਲੈਂਡ ਸਲੂਰ ਜੇਲ ਨੂੰ ਹੋਰ ਕਿਹੜੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਹਾਂਜੀ ਇਹਨੂੰ ਡੈਵਲ ਆਈਲੈਂਡ ਕਿਹਾ ਜਾਂਦਾ ਹੈ ਡੈਵਲ ਹੁੰਦਾ ਸ਼ੈਤਾਨ ਆਈਲੈਂਡ ਹੁੰਦਾ ਟਾਪੂ ਸ਼ੈਤਾਨ ਦਾ ਟਾਪੂ ਹੂ ਵਾਸ ਦੀ ਓਨਰ ਆਫ ਦੀ ਮਾਡਰਨ ਫਰੇਮਵਰਕਸ ਮਾਡਰਨ ਫਰੇਮ ਵਰਕਸ ਦੁਕਾਨ ਦਾ ਮਾਲਕ ਕੌਣ ਸੀ ਇਹਦਾ ਰਾਈਟ ਆਨਸਰ ਆਏਗਾ ਜੀ ਦਿੱਤਾ ਹੂ ਵਾਸ ਪੀਟਰ ਪੀਟਰ ਕੌਣ ਸੀ ਠੀਕ ਹੈ ਪੀਟਰ ਪੀਟਰ ਇੱਕ ਗਾਰਡਨਰ ਸੀਗਾ ਮਾਲੀ ਸੀਗਾ ਵਾਟ ਪ੍ਰਾਈਸ ਡਿਡ ਦੱਤਾ ਕੋਟ ਫਾਰ ਦੀ ਫਰੇਮ ਦੱਤਾ ਫਰੇਮ ਦੇ ਲਈ ਕਿੰਨੀ ਕੀਮਤ ਜਿਹੜਾ ਚਾਰਜ ਕਰਦਾ ਸੀ ਹਾਂਜੀ ਉਹ 17 ਰੁਪਏ 17 ਰੁਪੀਸ ਜਿਹੜਾ ਉਹ ਚਾਰਜ ਕਰਦਾ ਸੀ ਵਿਚ ਡੇ ਇਜ਼ ਦੀ ਮੋਸਟ ਡਿਫਿਕਲਟ ਕਿਹੜਾ ਦਿਨ ਸਭ ਤੋਂ ਔਖਾ ਹੈ ਹਾਂਜੀ ਉਹ ਸੀਗਾ ਬਲਾਈਂਡ ਡੇ ਹੂ ਵਾਜ਼ ਪ੍ਰੋਹਰ ਪ੍ਰੋਹਰ ਕੌਣ ਸੀ ਪ੍ਰੋਹਰ ਜੀ ਕੁੱਕ ਸੀਗਾ ਠੀਕ ਹੈ ਜਰਨਲ ਦਾ ਕੁੱਕ ਸੀਗਾ ਹੂ ਵਾਜ਼ ਸ਼ੋਇੰਗ ਦੀ ਬਲੀਡਿੰਗ ਫਿੰਗਰ ਕੋਨਾ ਵਾਲੀ ਉਂਗਲ ਕੌਣ ਦਿਖਾ ਰਿਆ ਸੀ ਹਾਂਜੀ ਹੈਰੀਕਿਨ ਹੈਰੀਕਿਨ ਪੇਸ਼ੇ ਤੋਂ 골ਡ স্মਿਥ ਸੀ ਸੁਨਿਆਰਾ ਸੀਗਾ ਠੀਕ ਹੈ ਜੀ ਤੇ ਇਹ ਭੀੜ ਨੂੰ ਕੀ ਦਿਖਾ ਰਿਆ ਸੀ ਲੋਕਾਂ ਨੂੰ ਆਪਣੀ ਖੂਨ ਭਰੀ ਉਂਗਲ ਦਿਖਾ ਰਿਆ ਸੀ ਹਾਂਜੀ ਨੈਕਸਟ ਹੈ ਹੂ ਵਾਸ ਹਸਨ ਹਸਨ ਕੌਣ ਸੀ ਹਸਨ ਸੀਗਾ ਜੀ ਸਟੂਡੈਂਟ ਆਫ ਐਮਸੀਏ ਠੀਕ ਹੈ ਜੀ ਇਸਵਾਲ ਦਾ ਰਾਈਟ ਆਨਸਰ ਹੋਏਗਾ ਐਮਸੀਏ ਦਾ ਵਿਦਿਆਰਥੀ ਸੀ ਹਾਊ ਵੁਡ ਹਸਨ ਸਟੱਡੀ ਹਸਨ ਕਿਸ ਤਰੀਕੇ ਨਾਲ ਪੜਾਈ ਕਰਦਾ ਸੀ ਓਨਲੀ ਨੀਅਰ ਦੀ ਐਗਜ਼ਾਮੀਨੇਸ਼ਨ ਕੇਵਲ ਪ੍ਰੀਖਿਆਵਾਂ ਦੇ ਕੋਲੇ ਹੀ ਤਿਆਰੀ ਕਰਦਾ ਸੀ ਵਾਟ ਇਜ਼ ਟਾਈਡ ਔਨ ਨਾ ਮੇਮਡ ਡੇ ਮੇਮਡ ਡੇ ਵਾਲੇ ਦਿਨ ਕੀ ਟਾਈਡ ਕੀਤਾ ਜਾਂਦਾ ਸੀ ਬੰਨਿਆ ਜਾਂਦਾ ਸੀ ਹਾਂਜੀ ਉਸ ਦਿਨ ਇੱਕ ਆਰਮ ਆਰਮ ਆ ਜਿਹੜੀ ਉਹਨੂੰ ਬੰਨਿਆ ਜਾਂਦਾ ਸੀ ਹੈਰੀ ਕੁਇਨ ਵਾਜ਼ ਆ ਪੁਲਿਸਮੈਨ ਹਾਂਜੀ ਇਹ ਦੱਸਣਾ ਹੈ ਹੈਰੀ ਕੁਇਨ ਕੀ ਇੱਕ ਪੁਲਿਸ ਵਾਲਾ ਸੀ ਹਾਂਜੀ ਇਹ ਸਟੇਟਮੈਂਟ ਫਾਲਸ ਹੈ ਹੈਰੀ ਕੁਇਨ ਵਾਜ਼ ਆ ਗੋਲਡ ਸਮਿਥ ਹੈਰੀ ਕੁਇਨ ਇੱਕ ਸੁਨਿਆਰਾ ਸੀ ਵਾਟ ਕਾਈਂਡ ਆਫ ਟੀਚਰ ਵਾਜ਼ ਸੁਦਾ ਮੂਰਤੀ सुदा मूर्ति किस किस्म दी अध्यापकਾ ਸੀ हां जी सुदा मूर्ति ਜਿਹੜੀ ਉਹ ਕਾਈਂਡ ਐਂਡ ਲਵਿੰਗ ਸੀ ਦੇ ਆਲੂ ਤੇ ਪਿਆਰ ਕਰਨ ਵਾਲੀ ਅਧਿਆਪਕਾ ਸੀ ਬੋਲੀ ਹੈਡ ਡੈਸ਼ हां जी ਬੋਲੀ ਦੇ ਚਿਹਰੇ ਤੇ ਕਿਸੇ ਪੋਕ ਮਾਰਕਸ ਸਨ ਠੀਕ ਹੈ ਜੀ ਆ ਪੋਕ ਮਾਰਕਸ ਔਨ ਹਰ ਫੇਸ ਪੋਕ ਮਾਰਕਸ ਹੁੰਦੇ ਚਿਹਰੇ ਦੇ ਨਿਸ਼ਾਨ ਵਾਟ ਪ੍ਰੋਮਿਸ ਵੁਡ ਹਸਨ ਮੇਕ ਟੂ ਹਿਸ ਟੀਚਰ हां जी ਹਸਨ ਨੇ ਆਪਣੇ ਅਧਿਆਪਕ ਦੇ ਨਾਲ ਕੀ ਵਾਦਾ ਕੀਤਾ ਹਾਂਜੀ ਦਾ অপਸ਼ਨ ਨੰਬਰ B ਟੂ ਇੰਪਰੂਵ ਹਿਮਸੈਲਫ ਆਪਣੇ ਆਪ ਨੂੰ ਸੁਧਾਰਨ ਦਾ ਵਾਅਦਾ ਕੀਤਾ ਸੁਦਾਮੂਰਤੀ ਐਡਵਾਂਸ ਐਗਰੀਡ ਟੂ ਮੀਟ ਹਰ ਵਿਜ਼ਿਟਰ ਸੁਦਾਮੂਰਤੀ ਤੁਰੰਤ ਆਪਣੇ ਮਿਲਣ ਵਾਲੇ ਨੂੰ ਮਿਲਣ ਲਈ ਸਹਿਮਤ ਹੋ ਗਈ ਹਾਂਜੀ ਇਹ ਸੀ ਇਹਦੀ ਸਟੇਟਮੈਂਟ ਹੋਏਗੀ ਫਾਲਸ ਗਲਤ ਹੈ ਜੀ ਇਹ ਹਸਨ ਵਾਸ ਅ ਵੈਰੀ ਰੈਗੂਲਰ ਐਂਡ ਰਿਸਪਾਂਸਿਬਲ ਸਟੂਡੈਂਟ ਹਸਨ ਇੱਕ ਬਹੁਤ ਹੀ ਨਿਰੰਤਰ ਤੇ ਜ਼ਿੰਮੇਵਾਰ ਵਿਦਿਆਰਥੀ ਸੀ ਹਾਂਜੀ ਇਹ ਸਟੇਟਮੈਂਟ ਹੋਏਗੀ ਫਾਲਸ ਹਸਨ ਬੇਕਮ ਓਨਲੀ ਅ ਸਮਾਲ ਸੇਲਸਮੈਨ ਆਫ ਹਾਂਜੀ ਜਿਹੜਾ ਹਸਨ ਹੈ ਉਹ ਕੰਪਿਊਟਰ ਸੌਫਟਵੇਅਰ ਦਾ ਇੱਕ ਛੋਟਾ ਜਿਹਾ ਜਿਹੜਾ ਸੇਲਜ਼ਮੈਨ ਹੈ ਉਹ ਬਣਿਆ ਠੀਕ ਹੈ ਜੀ ਕੰਪਿਊਟਰ ਸੌਫਟਵੇਅਰ ਫਲਿੱਪ ਵੈਂਟ ਟੂ ਅ ਪਲੇ ਆ ਗੇਮ ਆਫ ਫਲਿੱਪ ਕੀੜੀ ਗੇਮ ਖੇਡਣ ਦੇ ਲਈ ਚਲਾ ਗਿਆ ਹਾਂਜੀ ਫਲਿੱਪ ਜਿਹੜਾ ਉਹ ਬੇਸਬਾਲ ਖੇਡਦਾ ਸੀਗਾ ਤੇ ਉਹ ਬੇਸਬਾਲ ਖੇਡਣ ਦੇ ਲਈ ਚਲਾ ਗਿਆ ਹੂ ਵਾਸ ਚਾਰਲੀ ਚਾਰਲੀ ਕੌਣ ਸੀ ਹਾਂਜੀ ਚਾਰਲੀ ਉਹ ਬੇਕਰੀ ਓਨਰ ਸੀਗਾ ਠੀਕ ਹੈ ਜੀ ਬੇਕਰੀ ਦਾ ਮਾਲਕ ਸੀ ਫਲਿੱਪ ਲਵਡ ਟੂ ਵਰਕ ਐਟ ਦੀ ਬੇਕਰੀ ਜਿਹੜਾ ਫਲਿੱਪ ਹੈ ਉਹ ਬੇਕਰੀ ਵਿੱਚ ਕੰਮ ਕਰਨਾ ਪਸੰਦ ਕਰਦਾ ਸੀ ਹਾਂਜੀ ਇਹ ਸਟੇਟਮੈਂਟ ਹੈ ਫਾਲਸ ਵਾਟ ਇਜ਼ ਮਰੀਨ ਬੈਂਡ ਮਰੀਨ ਬੈਂਡ ਕੀ ਹੈ this ਬੈਂਡ ਇਸ ਦੀ ਆਫੀਸ਼ੀਅਲ ਬੈਂਡ ਆਫ ਦੀ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਜਿਹੜਾ ਮਰੀਨ ਬੈਂਡ ਹੈ ਇਹ ਯੂਨਾਈਟਿਡ ਸਟੇਟ ਦੇ ਰਾਸ਼ਟਰਪਤੀ ਦਾ ਦਫਤਰੀ ਬੈਂਡ ਹੈ ਦੀ ਮਨੀ ਲੈਂਡਰ ਵਾਸ ਸ਼ਾਹੂਕਰ ਕੌਨ ਸੀ ਸ਼ਾਹੂਕਰ 올ਡ ਬੁੱਡਾ ਸੀ ਐਂਡ ਅਗਲੀ ਬਦਸੁਰ ਸੀ 올ਡ ਐਂਡ ਅਗਲੀ ਥਾਮਸ ਵਾਸ ਥਾਮਸ ਕੌਨ ਸੀ ਥਾਮਸ ਵਾਸ ਆ ਮਲਿਨੀਅਰ ਇੱਕ ਕਰੋੜਪਤੀ ਸੀਗਾ ਠੀਕ ਹੈ ਧਿਆਨ ਰੱਖ ਲੈਣਾ ਵਾਟ ਵਾਸ ਦੀ ਬ੍ਰੈਂਡ ਆਫ ਦੀ ਥਾਮਸ ਕਾਰ ਟਮਸ ਦੀ ਕਾਰ ਦਾ ਬ੍ਰਾਂਡ ਕੀ ਸੀ ਇਟ ਵਾਸ ਅ ਫੈਰਾਰੀ ਠੀਕ ਹੈ ਜੀ ਇਹ ਫੈਰਾਰੀ ਇਹਦਾ ਬ੍ਰਾਂਡ ਸੀਗਾ ਨਾਊ ਆਰ ਡੇਸ ਡੈਸ਼ ਮੈਚਸ ਹੈ ਬਿਕਮ ਵੈਰੀ ਪਪੂਲਰ ਇਨ ਕ੍ਰਿਕਟ ਕਿਹੜੇ ਜਿਹੜੇ ਮੈਚ ਹੈ ਉਹ ਕ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੇ ਹੋ ਗਏ ਹਨ ਹਾਂਜੀ ਹੈ ਟੀ 20 ਮੈਚਸ ਠੀਕ ਹੈ ਜੀ ਹੋ ਟ੍ਰੈਂਪਲਡ ਅਪ ਔਨ ਦੀ ਰਾਈਟਰ ਟੋਪ ਹਾਂਜੀ ਕਿਸ ਨੇ ਲੇਖਕ ਦੇ ਪੈਰ ਨੂੰ ਕੁਚਲਿਆ ਹਾਂਜੀ ਇਹਦਾ ਰਾਈਟ ਆਨਸਰ ਹੋਏਗਾ ਦਾ ਬੱਸ ਕੰਡਕਟਰ ਠੀਕ ਹੈ ਜੀ ਉਹਨੇ ਲੇਖਕ ਦੇ ਪੈਰ ਨੂੰ ਕੁਚਲ ਦਿੱਤਾ ਸੀ ਵਾਟ ਡਿਡ ਦੀ ਲੈਫਟ ਮੈਨ ਵਾਂਟ ਦੀ ਪੈਸੇਂਜਰ ਟੂ ਸੇ ਲੈਫਟ ਮੈਨ ਕੀ ਚਾਹੁੰਦਾ ਸੀ ਕਿ ਯਾਤਰੀ ਕੀ ਕਹੇ ਹਾਂਜੀ ਉਹ ਚਾਹੁੰਦਾ ਸੀ ਕਿ ਟੋਪ ਨਾ ਕਹੇ ਟੋਪ ਦੇ ਨਾਲ ਪਲੀਜ਼ ਸ਼ਬਦ ਹੈ ਜਿਹੜਾ ਉਹ ਵੀ ਐਡ ਕਰੇ ਹਾਂਜੀ ਟੋਪ ਪਲੀਜ਼ ਚੰਦੂ ਵਾਜ਼ ਐਨ ਐਕਸਪਰਟ ਇਨ ਮੇਕਿੰਗ ਐਂਡ ਫਲਾਈਂਗ ਆਫ ਦਸਨੇ ਵੀ ਚੰਦੂ ਕਿਸ ਚੀਜ਼ ਦੇ ਵਿੱਚ ਬਣਾਉਣ ਤੇ ਉਡਾਉਣ ਦੇ ਵਿੱਚ ਉਹ ਮਾਰ ਸੀਗਾ ਹਾਂਜੀ ਉਹ ਕਾਈਟਸ ਪਤੰਗ ਬਣਾਉਣ ਦੇ ਵਿੱਚ ਤੇ ਉਡਾਉਣ ਵਿੱਚ ਮਾਰ ਸੀ ਚੰਦੂ ਵਾਸ ਕਨਸੀਡਰਡ ਆ ਮੈਂਬਰ ਆਫ ਲੋ ਕਾਸਟ ਚੰਦੂ ਐ ਉਸ ਨੂੰ ਨੀਵੀਂ ਜਾਤ ਦਾ ਇੱਕ ਮੈਂਬਰ ਹੈ ਜਿਹੜਾ ਉਹ ਮੰਨਿਆ ਜਾਂਦਾ ਸੀ ਹਾਂਜੀ ਬਿਲਕੁਲ ਟਰੂ ਹੈ ਜੀ ਸਟੇਟਮੈਂਟ ਠੀਕ ਹੈ ਜੀ ਚੰਦੂ ਵਾਸ ਗੁੱਡ ਐਟ ਡੂਇੰਗ ਸਮਸ ਐਟ ਸਕੂਲ ਚੰਦੂ ਸਕੂਲ ਦੇ ਵਿੱਚ ਸਵਾਲ ਕਰਨ ਦੇ ਵਿੱਚ ਚੰਗਾ ਸੀ ਹਾਂਜੀ ਇਹ ਸਟੇਟਮੈਂਟ ਵੀ ਫਾਲਸ ਹੈ ਗਲਤ ਹੈ ਜੀ ਦੱਤਾ ਵਾਸ ਆ ਪੇਂਟਰ ਬਾਈ ਪ੍ਰੋਫੈਸ਼ਨ ਦੱਤਾ ਕਿਤੇ ਤੋਂ ਇੱਕ ਪੇਂਟਰ ਸੀ ਹਾਂਜੀ ਇਹ ਸਟੇਟਮੈਂਟ ਗਲਤ ਹੈ ਜੀ ਦੱਤਾ ਵਾਸ ਆ ਫਰੇਮ ਮੇਕਰ ਫਰੇਮ ਮੇਕਰ ਸੀਗਾ ਪੇਂਟਰ ਨਹੀਂ ਸੀਗਾ ਆਟ ਇਨ ਕੰਟੇਨਿੰਗ ਡੈਸ਼ ਫਿਲ ਔਨ ਦੀ ਫੋਟੋਗ੍ਰਾਫ ਹਾਂਜੀ ਇੱਕ ਦੱਸਣਾ ਹੈ ਫੋਟੋਗ੍ਰਾਫ ਤਸਵੀਰ ਦੇ ਉੱਪਰ ਇਹਨਾਂ ਵਿੱਚੋਂ ਕਿਹੜਾ ਜਿਹੜਾ ਪੇਂਟ ਹੈ ਉਹ ਡਿੱਗ ਪਿਆ ਸੀ ਹਾਂਜੀ ਯਾਦ ਰੱਖਣਾ ਹੈ ਵਾਈਟ ਅਨੈਮਲ ਪੇਂਟ ਠੀਕ ਹੈ ਜੀ ਚਿੱਟੇ ਰੰਗ ਦਾ ਜਿਹੜਾ ਪੇਂਟ ਸੀਗਾ ਉਹ ਡਿੱਗ ਪਿਆ ਸੀ ਡੈਸ਼ ਵਾਸ ਦੀ ਪਿਕਚਰ ਫਰੇਮ ਮੇਕਰ ਇਨ ਦੀ ਸਟੋਰੀ ਦਾ ਗੋਲਡ ਫਰੇਮ ਦੱਸਣਾ ਹੈ ਦੀ ਗੋਲਡ ਫਰੇਮ ਸਟੋਰੀ ਦੇ ਵਿੱਚ ਪਿਕਚਰ ਫਰੇਮ ਮੇਕਰ ਕੌਣ ਸੀ ਹਾਂਜੀ ਉਹਦਾ ਨਾਮ ਸੀ ਦੱਤਾ ਦੱਤਾ ਜਿਹੜਾ ਉਹ ਪਿਕਚਰਾਂ ਨੂੰ ਫਰੇਮ ਕਰਦਾ ਸੀ ਦੱਤਾ ਵਾਸ ਦੀ ਓਨਰ ਆਫ ਦ ਸਨੇਤ ਦੱਤਾ ਕਿਸ ਦਾ ਮਾਲਕ ਸੀਗਾ ਹਾਂਜੀ ਦੱਤਾ ਜਿਹੜਾ ਉਹ ਦਾ ਮਾਡਰਨ ਫਰੇਮਵਰਕਸ ਦੁਕਾਨ ਦਾ ਮਾਲਕ ਸੀ ਦੀ ਮਾਡਰਨ ਫਰੇਮਵਰਕਸ ਵਾਸ ਸਿਚੁਏਟਿਡ ਇਨ ਦੀ ਐਮਟੀ ਸਪੇਸ ਬਿਟਵੀਨ ਆ ਡੈਸ਼ ਐਂਡ ਆ ਰੇਡੀਓ ਰਿਪੇਅਰ ਸ਼ਾਪ ਦ ਸਨੇਮ ਇ ਦੱਤਾ ਦੀ ਜਿਹੜੀ ਦੁਕਾਨ ਹੈ ਦੀ ਮਾਡਰਨ ਫਰੇਮਵਰਕਸ ਉਹ ਕਿਸ ਕਿਸ ਦੇ ਵਿਚਕਾਰ ਸਥਿਤ ਸੀ ਹਾਂਜੀ ਇੱਕ ਪਾਸੇ ਮੈਡੀਕਲ ਸਟੋਰ ਸੀ ਦੂਸਰੇ ਪਾਸੇ ਰੇਡੀਓ ਰਿਪੇਅਰ ਸ਼ਾਪ ਸੀ ਇਸ ਵਾਰ ਦਾ ਰਾਈਟ ਆਨਸਰ ਹੋਏਗਾ অপਸ਼ਨ ਨੰਬਰ ਸੀ ਮੈਡੀਕਲ ਸਟੋਰ ਹਾਂਜੀ ਮਿਸ ਬੀਮ ਵਾਸ ਅ ਮੀਡਲ 에ਜਡ ਵੂਮਨ ਮਿਸ ਬੀਮ ਅਧਖੜ ਉਮਰ ਦੀ ਔਰਤ ਸੀ ਹਾਂਜੀ ਇਹ ਸਟੇਟਮੈਂਟ ਹੈ ਟ੍ਰੂ ਦਾ ਡੇ ਦਾ ਡੈਸ਼ ਡੇ ਵਾਸ ਮੋਸਟ ਡਿਫਿਕਲਟ ਡੇ ਇਸਨੇ ਵੀ ਨਾ ਕਿਹੜਾ ਦਿਨ ਸਭ ਤੋਂ ਔਖਾ ਦਿਨ ਸੀ ਹਾਂਜੀ ਬਲਾਈਂਡ ਡੇ ਦੀ ਨੇਮ ਆਫ ਦੀ ਗਾਰਡਨਰ ਵਾਸ ਠੀਕ ਹੈ ਮਾਲੀ ਦਾ ਨਾਮ ਦੱਸਣਾ ਕੀ ਸੀਗਾ ਮਾਲੀ ਦਾ ਨਾਮ ਸੀ ਪੀਟਰ ਵਾਟ ਵਾਸ ਦੀ ਨੇਮ ਆਫ ਦੀ ਹੈਡ ਗਰਲ ਹੈਡ ਗਰਲ ਦਾ ਕੀ ਨਾਮ ਸੀ ਹੈਡ ਗਰਲ ਦਾ ਨਾਮ ਸੀ ਮਿੱਲੀ ਵਿਚ ਕਲਰ ਵਾਸ ਮਿਸ ਬੀਮ ਹੇਅਰ ਟਰਨਿੰਗ ਟੂ ਦੱਸਣਾ ਹੈ ਵੀ ਮਿਸ ਬੀਮ ਦੇ ਜਿਹੜੇ ਵਾਲ ਹੈ ਉਹ ਕਿਸ ਰੰਗ ਦੇ ਵਿੱਚ ਤਬਦੀਲ ਹੋ ਰਹੇ ਸੀ ਹਾਂਜੀ ਉਹ ਕਾਲਿਆਂ ਤੋਂ ਗ੍ਰੇ ਪੈ ਰਹੇ ਸੀ ਵਾਟ ਇਜ਼ ਟਾਈਡ ਔਨ ਆ ਮੇਮਡ ਡੇ ਮੇਮਡ ਡੇ ਦਿਨ ਤੇ ਕੀ ਬੰਨਿਆ ਜਾਂਦਾ ਹੈ ਹਾਂਜੀ ਇਹਦਾ ਰਾਈਟ ਆਨਸਰ ਹੈ ਐਨ ਆਰਮ ਦੀ ਗਰਲ ਵਿਦ ਕਰਚਸ ਵਾਸ ਸਟੈਂਡਿੰਗ ਅੰਡਰ ਦੱਸਣਾ ਵੀ ਵਸਾਕੀਆਂ ਤੇ ਜਿਹੜੀ ਲੜਕੀ ਸੀ ਉਹ ਕਿਦੇ ਥੱਲੇ ਖੜੀ ਸੀ ਹਾਂਜੀ ਉਹ ਵਿੰਡੋ ਦੇ ਥੱਲੇ ਖੜੀ ਸੀ ਠੀਕ ਹੈ ਜੀ ਬਹੁਤ ਸਾਰੇ ਬੱਚੇ ਜਿਹੜੇ ਉਹ ਟ੍ਰੀ ਦਾ ਅਨਸਰ ਦੇ ਰਹੇ ਐ ਧਿਆਨ ਰੱਖਣਾ ਇਹ ਵਿੰਡੋ ਦੇ ਥੱਲੇ ਖੜੀ ਸੀ ਖਿੜਕੀ ਦੇ ਥੱਲੇ ਖੜੀ ਸੀ ਹਾਂਜੀ ਹੂ ਵਾਸ ਓਚੋਮਾਈਲੋ ਓਚੋਮਾਈਲੋ ਕੌਣ ਸੀ ਆ ਪੁਲਿਸ ਸੁਪਰਿੰਟੈਂਡੈਂਟ ਸੀ ਠੀਕ ਹੈ ਜੀ ਧਿਆਨ ਰੱਖਣਾ ਬਹੁਤ ਸਾਰੇ ਬੱਚੇ ਐ ਉਹ ਪੁਲਿਸ ਜਵਾਬ ਦੇ ਰਹੇ ਐ ਠੀਕ ਹੈ ਜਦ ਕੇ ਜੈਲਡ੍ਰਿੰਸ ਜਿਹੜਾ ਉਹ ਪੁਲਿਸਮੈਨ ਸੀ ਤੇ ਓਚੋਮਾਈਲੋ ਵਾ ਉਹ ਪੁਲਿਸ ਸੁਪਰਿੰਟੈਂਡੈਂਟ ਸੀ ਵਿਚ ਫਿੰਗਰ ਆਫ ਹੈਰੀ ਕੁਇਨ ਵਾਸ ਬਲੀਡਿੰਗ ਹੈਰੀ ਕੁਇਨ ਦੀ ਕਿਹੜੀ ਜਿਹੜੀ ਉਂਗਲ ਹੈ ਉਹਦੇ ਵਿੱਚੋਂ ਖੂਨ ਵਗ ਰਿਹਾ ਸੀ ਹਾਂਜੀ ਰਾਈਟ ਹੈਂਡ ਦੀ ਉਂਗਲ ਦੇ ਵਿੱਚੋਂ ਖੂਨ ਵਗ ਰਿਹਾ ਸੀ ਰਾਈਟ ਆਏਗਾ ਜੀ ਵਾਟ ਕਾਈਂਡ ਆਫ ਅ ਗਰਲ ਵਾਸ ਭੋਲੀ ਭੋਲੀ ਕਿਸ ਕਿਸਮ ਦੀ ਜਿਹੜੀ ਲੜਕੀ ਸੀ ਹਾਂਜੀ ਭੋਲੀ ਵਾਸ ਨੈਗਲੈਕਟਡ ਬਾਏ ਹਿਸ ਪੇਰੈਂਟਸ ਹਰ ਪੇਰੈਂਟਸ ਭੋਲੀ ਨੂੰ ਉਸਦੇ ਮਾਤਾ ਪਿਤਾ ਨੇ ਨੈਗਲੈਕਟ ਕੀਤਾ ਹੋਇਆ ਸੀ ਬੇਧਿਆਨਾ ਕੀਤਾ ਹੋਇਆ ਸੀ ਤਹਿਸੀਲਦਾਰ came to the village for the inaugurations of ਤਹਿਸੀਲਦਾਰ ਪਿੰਡ ਆਇਆ ਕਿਸ ਚੀਜ਼ ਦਾ ਉਦਘਾਟਨ ਕਰਨ ਲਈ ਪ੍ਰਾਇਮਰੀ ਸਕੂਲ ਦਾ ਇਹਦਾ ਰਾਈਟ ਆਨਸਰ ਹੋਏਗਾ ਸਕੂਲ ਹਾਊ 올ਡ ਵਾਸ ਭੋਲੀ ਭੋਲੀ ਦੀ ਕਿੰਨੀ ਉਮਰ ਸੀ ਵੈਨ ਹਰ ਸਿਸਟਰ ਮੰਗਲਾ ਗੋਟ ਮੈਰਿਡ ਜਦੋਂ ਉਸ ਦੀ ਸਿਸਟਰ ਮੰਗਲਾ ਦਾ ਵਿਆਹ ਹੋਇਆ ਇਹਦਾ ਰਾਈਟ ਆਨਸਰ ਆਏਗਾ ਜੀ 7 ਇਅਰ 7 ਸਾਲਾਂ ਦੀ ਉਮਰ ਸੀ ਭੋਲੀ ਦੀ ਬਿਸ਼ੰਬਰ ਵਾਜ਼ਾ ਬਿਸ਼ੰਬਰ ਵਾਜ਼ਾ ਗਰੀਡੀ ਮੈਨ ਸ਼ੇਮਲੈਸ ਮੈਨ ਠੀਕ ਹੈ ਬਿਸ਼ਰਮ ਆਦਮੀ ਸੀਗਾ ਅਗਲੀ ਸੀਗਾ 올ਡ ਸੀਗਾ ਗਰੀਡੀ ਮੈਨ ਸੀਗਾ ਭੋਲੀ ਆਵਾਜ਼ਾ ਠੀਕ ਹੈ ਭੋਲੀ ਜਿਹੜੀ ਉਹ ਦੱਸਣਾ ਕਿ ਹੋਜੀ ਸੀ ਭੋਲੀ ਸੀ ਕਿ ਜਿਹੜੀ ਉਹ ਸਟੈਮਰਡ ਸੀ ਸਟੈਮਰ ਹੁੰਦਾ ਜਿਹੜੀ ਹੱਕ ਮਾਰ ਕੇ ਬੋਲਦੀ ਹੋਵੇ RAMLAL WAZ ਦਾ ਡੈਸ਼ ਆਫ ਭੋਲੀ ਦੱਸਣਾ RAMLAL ਕੌਣ ਸੀ ਭੋਲੀ ਦਾ ਫਾਦਰ ਸੀਗਾ ਠੀਕ ਹੈ ਬਿਸੰਬਰ ਵਾਜ਼ਾ ਗਰੀਡੀ ਮੈਨ ਹਾਂਜੀ ਇਹ ਸਟੇਟਮੈਂਟ ਬਿਲਕੁਲ ਸਹੀ ਹੈ ਟ्रू ਆਏਗਾ ਹੂ ਵਾਸ ਦੀ 올ਡ ਮੈਨ ਇਨ ਦੀ ਫੋਟੋਗ੍ਰਾਫ ਜਿਹੜੀ ਫੋਟੋਗ੍ਰਾਫ ਦੇ ਵਿੱਚ ਬਜ਼ੁਰਗ ਆਦਮੀ ਕੌਣ ਸੀ ਹਾਂਜੀ ਉਹ ਕਸਟਮਰ ਦਾ ਦਾਦਾ ਸੀ ਗ੍ਰੈਂਡਫਾਦਰ ਸੀ the customer wanted a picture of his grandmother to be framed ਜਿਹੜਾ ਗਾਹਕ ਹੈ ਉਹ ਆਪਣੀ ਦਾਦੀ ਦੀ ਫੋਟੋ ਨੂੰ ਫਰੇਮ ਕਰਾਉਣਾ ਚਾਹੁੰਦਾ ਸੀ ਹਾਂਜੀ ਇਹ ਸਟੇਟਮੈਂਟ ਹੋ ਗਈ ਗਲਤ ਫਾਲਸ ਦੀ ਗੋਲਡ ਫਰੇਮ ਇਜ਼ ਰਿਟਨ ਬਾਈ ਠੀਕ ਹੈ ਇਹ ਲਿਖੀ ਹੈ ਆਰ ਕੇ ਲక్ష్ਮਣ ਨੇ ਠੀਕ ਹੈ ਜੀ ਦੱਤਾ ਵਾਜ਼ ਆ ਵੈਰੀ ਡੈਸ਼ ਮੈਨ ਦੱਤਾ ਜਿਹੜਾ ਉਹ ਸਾਇਲੈਂਟ ਵੀ ਸੀਗਾ ਤੇ ਹਾਰਡ ਵਰਕਿੰਗ ਵੀ ਸੀ ਇਹਦਾ ਉੱਤਰ ਬਣੇਗਾ ਬੋਥ ਹਾਊ ਮੈਨੀ ਗਦਰੀਟਸ ਲੋਸਟ देयर ਲਾਈਵਸ ਇਨ ਕਾਲਾ ਪਾਣੀ ਜੇਲ ਹਾਂਜੀ ਕਿੰਨੇ ਗਦਰੀਆਂ ਨੇ ਕਾਲਾ ਪਾਣੀ ਜੇਲ ਵਿੱਚ ਆਪਣੇ ਜੀਵਨ ਨੂੰ ਲੋਸਟ ਕੀਤਾ ਇਹਦਾ ਰਾਈਟ ਆਨਸਰ ਬਣੇਗਾ 8 8 ਜੌਨ ਡੇਵਿਡ ਬੇਰੇ ਵਾਸ ਅ ਗੁੱਡ ਨੇਚਰਡ ਪਰਸਨ ਜੌਨ ਡੇਵਿਡ ਬੇਰੇ ਇੱਕ ਚੰਗੇ ਸੁਭਾਅ ਦਾ ਆਦਮੀ ਸੀ ਹਾਂਜੀ ਇਹ ਸਟੇਟਮੈਂਟ ਹੈਗੀ ਆ ਫਾਲਸ ਠੀਕ ਹੈ ਜੀ ਚਾਰ ਰੱਖਣਾ ਡੇਵਿਡ ਬੇਰੇ ਸੀਗਾ ਉਹ ਜੇਲਰ ਸੀਗਾ ਹੂ ਸਲੈਪਡ ਸੁਪਰਿੰਟੈਂਡੈਂਟ ਮੁਰੇ ਹਾਰਡ ਇਨ ਦੀ ਜੇਲ ਕਿਸਨੇ ਸੁਪਰਿੰਟੈਂਡੈਂਟ ਮੁਰੇ ਦੇ ਜੇਲ੍ਹ ਵਿੱਚ ਥੱਪੜ ਮਾਰਿਆ ਸੀ ਹਾਂਜੀ ਉਹਦਾ ਨਾਮ ਹੈ ਚਤਰ ਸਿੰਘ ਡਾਕਟਰ ਬਰਨार्ड ਡਿਜ਼ਾਈਡ ਆਰਟੀਫੀਸ਼ੀਅਲ ਡੈਸ਼ ਵੌਲਮਸ ਹਾਂਜੀ ਉਹਨੇ ਹਾਰਟ ਦੇ ਆਰਟੀਫੀਸ਼ੀਅਲ ਬਾਲ ਬਣਾਈ ਸੀ ਡਾਕਟਰ ਬਰਨार्ड ਨੇ ਹਾਊ 올ਡ ਵਾਸ ਨਿਕੋਲਾ ਨਿਕੋਲਾ ਦੀ ਉਮਰ ਕਿੰਨੀ ਸੀ ਹਾਂਜੀ ਨਿਕੋਲਾ ਦੀ ਉਮਰ ਸੀ 13 ਸਾਲ ਹਾਊ 올ਡ ਵਾਸ ਜੋਕੋਪੋ ਹਾਂਜੀ ਜੋਕੋਪੋ ਨਿਕੋਲਾ ਦਾ ਛੋਟਾ ਭਰਾ ਸੀ 1 ਸਾਲ ਛੋਟਾ ਸੀ ਉਹਦੀ ਉਮਰ ਸੀ 12 ਸਾਲ ਹੂ ਵਾਸ ਲੁਗੀ ਲੁਗੀ ਕੌਨ ਸੀ ਇਹ ਡਰਾਈਵਰ ਸੀਗਾ ਠੀਕ ਹੈ ਜੀ ਵਾਟ ਡਿਡ ਲੂਸੀਆ ਅਸਪਾਇਰ ਟੂ ਬੀ ਲੂਸੀਆ ਕੀ ਬੰਨਣਾ ਚਾਹੁੰਦੀ ਸੀ ਲੂਸੀਆ ਇੱਕ ਸਿੰਗਰ ਬੰਨਣਾ ਚਾਹੁੰਦੀ ਸੀ ਆ ਸਿੰਗਰ ਠੀਕ ਹੈ ਜੀ ਲੂਸੀਆ ਵਾਸ ਸਫਰਿੰਗ ਫਰਮ ਲੂਸੀਆ ਕਿਸ ਬਿਮਾਰੀ ਤੋਂ ਪੀੜਤ ਸੀ ਹਾਂਜੀ ਉਹਨੂੰ ਟੀਬੀ ਆਫ ਸਪਾਈਨ ਰੀਡ ਦੀ ਹੱਡੀ ਦੀ ਟੀਬੀ ਸੀ ਹੈਲਨ ਲਰਨਡ ਡੈਸ਼ ਵਰਡਸ ਐਂਡ ਮੇਡ ਦੀ ਲੈਟਰਸ ਕਰੈਕਟਲੀ ਹਾਂਜੀ ਦੱਸਣਾ ਵੀ ਕਿਹੜੇ ਸ਼ਬਦ ਸਿੱਖੇ ਜਿਨ੍ਹਾਂ ਦੇ ਉਹ ਸ਼ਬਦ ਵੀ ਸਹੀ ਪਾ ਲੈਂਦੀ ਸੀ ਪਿੰਨ ਫਾਦਰ ਸਟੈਂਡ ਆਲ ਆਫ ਦੀ ਅਬਵ ਹਾਂਜੀ ਇਹਦਾ ਉੱਤਰ ਆਏਗਾ ਆਲ ਆਫ ਦੀ ਅਬਵ ਹੈਲਨ ਹੈਡ ਅ ਟਸਲ ਓਵਰ ਦੀ ਵਰਡਸ ਹੱਲਾ ਹੈਲਨ ਆ ਜਿਹੜੀ ਹੈਲਨ ਕੇਲਰ ਹੈ ਕਿਹੜੇ ਸ਼ਬਦਾਂ ਤੇ ਉਸ ਨੂੰ ਥੋੜੀ ਜੀ ਟਸਲ ਹੋ ਰਹੀ ਸੀ ਉਹ ਸੀ ਮੱਗ ਐਂਡ ਵਾਟਰ ਹੈਲਨ ਕੁਡ ਨਾਟ ਅੰਡਰਸਟੈਂਡ ਦੀ ਡਿਫਰੈਂਸ ਬਿਟਵੀਨ ਮੱਗ ਐਂਡ ਵਾਟਰ ਜਿਹੜੀ ਹੈਲਨ ਕੇਲਰ ਹੈ ਮੱਗ ਤੇ ਵਾਟਰ ਦੇ ਵਿਚਕਾਰ ਅੰਤਰ ਨਹੀਂ ਸਮਝ ਸਕ ਰਹੀ ਸੀ ਹੈਲਨ ਕੇਲਰ ਬਿਕੇਮ ਬਲਾਈਂਡ ਐਂਡ ਡੈਫ ਐਟ ਦੀ ਏਜ ਆਫ ਹੈਲਨ ਕੇਲਰ ਦਸਨੇ ਕਿਸ ਉਮਰ ਦੇ ਵਿੱਚ ਅੰਨੀ ਤੇ ਬੋਲੀ ਬਣ ਗਈ ਹਾਂਜੀ 19 ਮਹੀਨਿਆਂ ਦੀ ਸੀਗੀ ਤਾਂ ਉਦੋਂ ਹੈਲਨ ਕੇਲਨ ਜਿਹੜੀ ਉਹ ਬਲਾਈਂਡ ਤੇ ਡੈਫ ਹੋ ਗਈ ਐਟ ਵਟ ਇਜ਼ ਡਿਡ ਹੈਲਨ ਪਬਲਿਸ਼ ਹਰ ਆਟੋਬਾਇਓਗ੍ਰਾਫੀ ਕਿਸ ਉਮਰ ਦੇ ਵਿੱਚ ਹੈਲਨ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹਾਂਜੀ ਇਸਵਾਲ ਦਾ ਰਾਈਟ ਆਨਸਰ ਹੋਏਗਾ 22 ਸਾਲ ਦੀ ਉਮਰ ਵਿੱਚ ਵਿਚ ਵਰਡ ਰਿਵੀਲਡ ਦੀ ਮਿਸਟਰੀ ਆਫ ਲੈਂਗੁਏਜ ਟੂ ਹੈਲਨ ਹਾਂਜੀ ਕਿਸ ਸ਼ਬਦ ਨੇ ਹੈਲਨ ਨੂੰ ਭਾਸ਼ਾ ਦਾ ਰਹੱਸ ਖੋਲ ਕੇ ਰੱਖ ਦਿੱਤਾ ਉਹ ਸ਼ਬਦ ਸੀ ਵਾਟਰ who sent doll to helen helen nu no doll kisne bheji blind children of perkin institution theek hai tyar rakhna bahut important question hai perkin institution de anne bachiyan ne helen nu no doll bheji helen tossed the new doll on the floor helen ne navi jodi doll hai oh floor te vagaake mari haan ji is statement hai je true ਡੈਸ਼ ਵਾਸ ਦੀ ਫਰਸਟ ਵਰਡ ਥੈਟ ਹੈਲਨ ਲਰਨਡ ਕਿਹੜਾ ਸ਼ਬਦ ਸੀ ਪਹਿਲਾ ਜਿਹੜਾ ਹੈਲਨ ਨੇ ਸਿੱਖਿਆ ਸੀ ਉਹ ਸੀ ਡੋਲ ਨੇਮ ਹੈਲਨ ਕੇਲਰ ਟੀਚਰ ਹੈਲਨ ਕੇਲਰ ਟੀਚਰ ਦਾ ਨੇਮ ਦੱਸਣਾ ਹੈ ਹਾਂਜੀ ਹੈਲਨ ਦੀ ਜਿਹੜੀ ਟੀਚਰ ਦਾ ਨੇਮ ਸੀ ਮਿਸ ਐਂਡ ਮੈਨਸਫੀਲਡ ਸੁਲੀਵਨ ਵਾਟ ਡਸ ਨਾਟ ਕੰਪੈਲ ਅਸ ਟੂ ਬੀ ਪੋਲਾਈਟ ਕਿਹੜੀ ਚੀਜ਼ ਸਾਨੂੰ ਕਹਿੰਦੇ ਪੋਲਾਈਟ ਹੋਣ ਦੇ ਲਈ ਮਜਬੂਰ ਨਹੀਂ ਕਰ ਸਕਦੀ ਉਹ ਹੈ ਲਾ ਡਿਸਕੋਟੈਸੀ ਇਜ਼ ਅ ਲੀਗਲ ਆਫੈਂਸ ਅਸਿਸਟਾਚਰ ਇੱਕ ਕਾਨੂੰਨੀ ਅਪਰਾਧ ਹੈ ਹਾਂਜੀ ਇਹ ਇਹ ਸਟੇਟਮੈਂਟ ਹੈ ਫਾਲਸ ਹੋਮ ਡਿਡ ਦੀ ਫੈਗ ਕਿਕ ਠੀਕ ਹੈ ਜੀ ਕਿਸ ਨੂੰ ਕਿੱਕ ਮਾਰੀ ਸੀ ਫੈਗ ਨੇ ਦਾ ਪੇਜ ਬாய் ਠੀਕ ਹੈ ਜੀ ਇਹ ਆ ਜਾਏਗਾ ਉੱਤਰ ਪੇਜ ਬாய் ਨੇਮ ਦੀ ਆਥਰ ਆਫ ਦੀ ਸਟੋਰੀ ਆਫ ਆਫ ਮਾਈ ਲਾਈਫ ਦੀ ਸਟੋਰੀ ਆਫ ਮਾਈ ਲਾਈਫ ਦਾ ਜਿਹੜਾ ਲੇਖਕ ਹੈ ਉਹ ਹੈ ਹੈਲਨ ਕੇਲਰ ਬੈਡ ਮੈਨਰਸ ਡੈਸ਼ ਦੀ ਜਰਨਲਸ ਸਟ੍ਰੀਮ ਆਫ ਲਾਈਫ ਬੁਰਾ ਵਿਵਹਾਰ ਜਿਵੇਂ ਰੂਪੀ ਨਦੀ ਦੇ ਵਿੱਚ ਕੀ ਘੋਲਦਾ ਹੈ ਹਾਂਜੀ ਪੋਇਜ਼ਨ ਘੋਲਦਾ ਹੈ ਜ਼ਹਿਰ word like okay and no problem keep the machine of life in a good working order ਜਿਹੜੇ ਸ਼ਬਦ ਹੈ okay no problem ਇਹ ਜੀਵਨ ਰੂਪੀ ਮਸ਼ੀਨ ਨੂੰ ਸਹੀ ਹਾਲਤ ਦੇ ਵਿੱਚ ਰੱਖਦੇ ਹਨ ਹਾਂਜੀ ਇਹ ਸਟੇਟਮੈਂਟ ਹੈ ਫਾਲਸ ਜਿਹੜੇ ਦੋ ਸ਼ਬਦ ਉਹ ਹੈ ਪਲੀਜ਼ ਐਂਡ ਥੈਂਕ ਯੂ ਜਿਹੜੇ ਜੀਵਨ ਰੂਪੀ ਮਸ਼ੀਨ ਨੂੰ ਵਰਕਿੰਗ ਆਰਡਰ ਵਿੱਚ ਰੱਖਦੇ ਹਨ ਹੂ ਇਜ਼ ਦੀ ਰਾਈਟਰ ਆਫ ਦੀ ਐਸੇ ਔਨ ਸੇਇੰਗ ਪਲੀਜ਼ ਔਨ ਸੇਇੰਗ ਪਲੀਜ਼ ਦਾ ਲੇਖਕ ਕੌਣ ਹੈ ਹਾਂਜੀ ਉਹ ਲੇਖਕ ਹੈ ਏ ਜੀ ਗਾਰਡਨਰ ਹਾਂਜੀ ਹੈਵ ਦੇ ਗੋਟ ਡੈਸ਼ ਮੈਚਸ ਠੀਕ ਹੈ ਇਹਦੇ ਵਿੱਚ ਆਪਾਂ ਸਾਮ ਹੋਰ ਐਨੀ ਚ ਫਿਲ ਕਰਨਾ ਹੈ ਮੈਂ ਤੁਹਾਨੂੰ ਦੱਸਿਆ ਹੋਇਆ ਬੇਟਾ ਜਦੋਂ ਵੀ ਸਾਈਨ ਆਫ ਇੰਟੈਰੋਗੇਸ਼ਨ ਆ ਜਾਈ ਤਾਂ ਉਹਦੇ ਵਿੱਚ ਐਨੀ ਫਿਲ ਹੁੰਦਾ ਹੈ ਜਾਂ ਨਾਟ ਵਾਲੇ ਸੈਂਟੈਂਸਸ ਆਉਣ ਉਹਦੇ ਵਿੱਚ ਵੀ ਐਨੀ ਫਿਲ ਹੁੰਦਾ ਠੀਕ ਹੈ ਜੀ ਇਹ ਸਾਈਨ ਆਫ ਇੰਟੈਰੋਗੇਸ਼ਨ ਸੀ ਇਸ ਕਰਕੇ ਐਨੀ ਆਏਗਾ ਹੈਵ ਯੂ ਸੀਨ ਡੈਸ਼ ਰੈਡ ਫੋਰ ਸਾਈਨ ਆਫ ਇੰਟੈਰੋਗੇਸ਼ਨ ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਦੋ ਤਰ੍ਹਾਂ ਦੀਆਂ ਵਸਤੂਆਂ ਹੁੰਦੀਆਂ ਨੇਚਰ ਮੇਡ ਤੇ ਮੈਨ ਮੇਡ ਨੇਚਰ ਮੇਡ ਜਿਹੜੀਆਂ ਵਸਤੂਆਂ ਹੁੰਦੀਆਂ ਹਨ ਉਹਨਾਂ ਨਾਲ ਹਮੇਸ਼ਾ ਦਾ ਲੱਗਦਾ ਹੈ ਤੇ ਮੈਨ ਮੇਡ ਵਸਤੂਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਵਸਤੂਆਂ ਜਿਹੜੀਆਂ ਹਿਸਟਰੀ ਵਿੱਚ ਨਾਮ ਦਰਜ ਕਰਾ ਜਾਂਨ ਜਿਵੇਂ ਜਿਲ੍ਹਿਆਂ ਵਾਲਾ ਬਾਗ ਰੈੱਡ ਫੋਰਟ ਤਾਜਮਹਿਲ ਤਾਂ ਉਹਨਾਂ ਨਾਲ ਵੀ ਦਾ ਲੱਗਦਾ ਹੁੰਦਾ ਠੀਕ ਹੈ ਜੀ ਰੈੱਡ ਫੋਰਟ ਦੇ ਨਾਲ ਲੱਗੇਗਾ ਦਾ ਸਿੰਗਿੰਗ ਇਜ਼ ਡੈਸ਼ ਪੈਸ਼ਨ ਸਿੰਗਿੰਗ ਇਜ਼ ਮਾਈ ਪੈਸ਼ਨ ਠੀਕ ਹੈ ਜੀ ਇੱਥੇ ਮਾਈ ਆਏਗਾ ਹੀ ਇਜ਼ ਡੈਸ਼ ਔਨੈਸਟ ਮੈਨ ਠੀਕ ਹੈ ਜੀ ਜਦੋਂ ਊੜਾ ਆੜਾ ਈੜੀ ਦੀ ਆਵਾਜ਼ ਆ ਜੇ ਉਦੋਂ ਐਨ ਲੱਗਦਾ ਹੁੰਦਾ ਹੈ ਇੱਥੇ ਐਚ ਸਾਈਲੈਂਟ ਹੈ ਠੀਕ ਹੈ ਇੱਥੇ ਆਏਗਾ ਐਨ ਵੀ ਸਾ ਡੈਸ਼ ਇੰਟਰਸਟਿੰਗ ਮੂਵੀ ਫਿਰ ਊੜਾ ਆੜਾ ਈੜੀ ਦੀ ਆਵਾਜ਼ ਆ ਜੇ ਉੱਥੇ ਲੱਗਦਾ ਹੁੰਦਾ ਐਨ ਐਨ ਇੰਟਰਸਟਿੰਗ ਮੂਵੀ ਔਨੈਸਟੀ ਇਜ਼ ਡੈਸ਼ ਬੈਸਟ ਪਾਲਿਸੀ ਮੈਂ ਦੱਸਿਆ ਹੋਇਆ ਬੇਟਾ ਜਦੋਂ ਤੀਸਰੀ ਡਿਗਰੀ ਆ ਜੇ ਉਸ ਤੋਂ ਪਹਿਲਾਂ ਦਾ ਲੱਗਦਾ ਹੁੰਦਾ ਔਨੈਸਟੀ ਇਜ਼ ਦਾ ਬੈਸਟ ਪਾਲਿਸੀ ਹਾਂਜੀ ਕਾਲੀਦਾਸ ਇਜ਼ ਦਾ ਸ਼ੈਕਸਪੀਅਰ ਆਫ ਇੰਡੀਆ ਯਾਦ ਰੱਖਣਾ ਹੈ ਤੇ ਦਾ ਆਏਗਾ ਹਾਂਜੀ ਡੈਸ਼ ਹਾਂਜੀ ਮੈਂ ਦੱਸਿਆ ਸੀ ਕੋਈ ਵੀ ਕੁਦਰਤੀ ਚੀਜ਼ ਹੋਵੇ ਉਸ ਤੋਂ ਪਹਿਲਾਂ ਦਾ ਲੱਗਦਾ ਸਨ ਜਿਹੜਾ ਉਹ ਕੁਦਰਤੀ ਚੀਜ਼ ਹੈ ਠੀਕ ਹੈ ਦਾ ਆਏਗਾ ਤੇ ਕੋਈ ਵੀ ਦਿਸ਼ਾ ਜੇ ਈਸਟ ਵੈਸਟ ਨਾਰਥ ਸਾਊਥ ਉਤੋਂ ਪਹਿਲਾਂ ਵੀ ਕੀ ਲੱਗੇਗਾ ਦਾ ਆਏਗਾ ਕੋਈ ਵੀ ਧਾਰਮਿਕ ਕਿਤਾਬ ਆ ਜੇ ਦਾ ਲੱਗੇਗਾ ਕੋਈ ਵੀ ਨਿਊਜ਼ਪੇਪਰ ਦਾ ਨਾਂ ਆ ਜੇ ਤਾਂ ਵੀ ਕੀ ਲੱਗੇਗਾ ਦਾ ਲੱਗੇਗਾ ਤੀਸਰੀ ਡਿਗਰੀ ਤੋਂ ਪਹਿਲਾਂ ਵੀ ਦਾ ਲੱਗੇਗਾ ਡੈਸ਼ ਰੋਡ ਲੀਡਸ ਟੂ ਸ਼੍ਰੀਨਗਰ ਹਾਂਜੀ ਥਿਸ ਰੋਡ ਆਏਗਾ ਇੱਥੇ ਠੀਕ ਹੈ ਜੀ ਹੀ ਗੇਮ ਮੀ 올 ਡੈਸ਼ ਕਲੋਥਸ ਹੀ ਹੈਡ ਅੰਜ ਇਹ ਰੂਲ ਬੇਟਾ ਤੁਹਾਨੂੰ ਸਮਝਾਇਆ ਹੋਇਆ ਸੀ ਵਾਕ ਦੇ ਅੰਤ ਦੇ ਵਿੱਚ ਜਦੋਂ ਵੀ ਹੈਡ ਆ ਜਾਏ ਉਦੋਂ ਦਾਅ ਲ ਆ ਉੱਤਰ ਲੱਗੇਗਾ ਠੀਕ ਹੈ ਜੀ ਦਾ ਫਿਊ ਹੋਣਾ ਸੀ ਇੱਥੇ ਇਹਦੀ ਆਪਸ਼ਨਾਂ ਸਾਰੀਆਂ ਗਲਤ ਆ ਬੇਟਾ ਠੀਕ ਹੈ ਦਾ ਫਿਊ ਕਲੋਥਸ ਹੋਣਾ ਸੀ ਇੱਥੇ ਕੱਪੜੇ ਗਿਣ ਸਕਦੇ ਆ ਇਸ ਕਰਕੇ ਹੈਡ ਆ ਜਾਈ ਜਦੋਂ ਐਂਡ ਦੇ ਵਿੱਚ ਦਾ ਫਿਊ ਜਾਂ ਦਾ ਲਿਟਲ ਵਿੱਚੋਂ ਇੱਕ ਲਗਾਉਣਾ ਹੁੰਦਾ ਤੇ ਕੱਪੜੇ ਆਪਾਂ ਗਿਣ ਸਕਦੇ ਆ ਇਸ ਕਰਕੇ ਦਾ ਫਿਊ ਆਏਗਾ ਸੀ ਟੁਆਇਲ ਅਪ ਡੈਸ਼ ਹਿਲ ਹਿਲ ਪਹਾੜੀ ਹੈ ਬੇਟਾ ਕੁਦਰਤੀ ਚੀਜ਼ ਹੈ ਇਸ ਕਰਕੇ ਕੀ ਆਏਗਾ ਦਾ ਆਏਗਾ ਮੈਂ ਆਈ ਆਸਕ ਡੈਸ਼ 1 ਟੂ ਟੀ ਠੀਕ ਹੈ ਜੀ ਸਾਈਨ ਆਫ ਇੰਟਰੋਗੇਸ਼ਨ ਹੈ ਬੇਟਾ ਜਦੋਂ ਵੀ ਸਾਈਨ ਆਫ ਇੰਟਰੋਗੇਸ਼ਨ ਵਾਲਾ ਆ ਜੇ ਉਹ ਐਨੀ ਲੱਗਦਾ ਹੁੰਦਾ ਇੱਥੇ ਆਏਗਾ ਐਨੀ ਮੈਂ ਆਈ ਆਸਕ ਐਨੀ 1 ਟੂ ਟੀ ਹਾਂਜੀ ਕਾਸ਼ੀ ਇਜ਼ ਆ ਡੈਸ਼ ਹੋਲੀ ਸਿਟੀ ਹਾਂਜੀ ਇੱਥੇ ਕੀ ਆਏਗਾ ਬੇਟਾ ਏ ਆਏਗਾ ਏ ਹੋਲੀ ਸਿਟੀ ਠੀਕ ਹੈ ਬੇਟਾ ਹਾਊ ਡੈਸ਼ ਮਨੀ ਡਿਡ ਹੀ ਸਟੀਲ ਮੈਂ ਦੱਸੇ ਬੇਟਾ ਹਾਊ ਤੋਂ ਬਾਅਦ ਦੋ ਹੀ ਸ਼ਬਦ ਯੂਜ਼ ਕਰਨੇ ਹੁੰਦੇ ਆਪਾਂ ਮੱਚ ਤੇ ਮੈਨੀ ਮਨੀ ਹੈ ਜਿਹੜਾ ਧਨ ਧਨ ਨੂੰ ਆਪਾਂ ਗਿਣ ਨਹੀਂ ਸਕਦੇ ਇਸ ਕਰਕੇ ਕੀ ਆਏਗਾ ਮੱਚ ਆਏਗਾ ਇਸ ਦੇ ਆ ਡੈਸ਼ ਮਿਲਕ ਲੈਫਟ ਇਨ ਦੀ ਗਲਾਸ ਫਿਰ ਸਾਈਨ ਆਫ ਇੰਟਰੋਗੇਸ਼ਨ ਆ ਗਿਆ ਇਸ ਕਰਕੇ ਕੀ ਆਏਗਾ ਐਨੀ ਵੁੱਡ ਯੂ ਵੁੱਡ ਆਈ ਵੁੱਡ ਆਈ ਰਹਿ ਗਏ ਇੱਥੇ ਬੇਟਾ ਆਈ ਵੁੱਡ ਲਾਈਕ ਡੈਸ਼ ਆ ਗੁੱਡ ਸਟੋਰੀ ਹਾਂਜੀ ਫਿਲ ਕਰਨਾ ਇਨਫਿਨਿਟਿਵ ਮੈਂ ਤੁਹਾਨੂੰ ਦੱਸਿਆ ਹੋਇਆ ਜਦੋਂ ਵੀ ਇਨਫਿਨਿਟਿਵ ਆ ਜੇ ਤਾਂ ਤੁਹਾਡੇ ਦਿਮਾਗ 'ਚ ਦੋ ਚੀਜ਼ਾਂ ਹੋਣੀ ਚਾਹੀਦੀਆਂ ਜ다 ਕਿ ਲਈ ਪਹਿਲੀ ਫਾਰਮ ਲੱਗੇਗੀ ਜਾਂ ਪਹਿਲੀ ਫਾਰਮ ਦੇ 2+ ਪਹਿਲੀ ਫਾਰਮ ਲੱਗੇਗੀ ਠੀਕ ਹੈ ਮੈਂ ਤੁਹਾਨੂੰ ਦੱਸਿਆ ਹੋਇਆ ਜੇ ਨਾ ਸਮਝ ਆਵੇ ਚੁੱਪ ਕਰਕੇ ਇਨਫਿਨਿਟਿਵ ਜਦੋਂ ਪੁੱਛ ਲੈਣ ਠੀਕ ਹੈ ਉਦੋਂ 2+ ਪਹਿਲੀ ਫਾਰਮ ਲਗਾ ਕੇ ਆਉਣੀ ਹੈ ਇੱਥੇ ਆਏਗਾ ਟੂ ਰੀਡ ਚਿਲड्रन ਲਵ ਡੈਸ਼ ਪਲੇ ਜੇਰੰਡ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਬੇਟਾ ਜਦੋਂ ਵੀ ਜੇਰੰਡ ਆਜੇ ਚੁੱਪ ਕਰਕੇ ਪਹਿਲੀ ਫਾਰਮ ਨਾਲ ਆਈ ਐਨ ਜੀ ਲਗਾ ਜਾਓ ਠੀਕ ਹੈ ਪਲੇ ਦਿੱਤੀ ਹੋਈ ਸੀ ਆਪਾਂ ਨੂੰ ਆਨਸਰ ਬਣ ਜਾਏਗਾ ਪਲੇਇੰਗ ਅੱਗੇ ਫਿਰ ਜੇਰਨ ਭਰਨਾ ਜੀ ਜੇਰਨ ਆ ਗਿਆ ਤੇ ਮੈਂ ਦੱਸਿਆ ਹੋਇਆ ਕੀ ਭਰਨਾ ਹੈ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਕੀ ਆ ਜਾਏਗਾ ਇੱਥੇ ਫਿਰ ਟੈਲਿੰਗ ਡੈਸ਼ 에ਰਰ ਇਸ ਹਿਊਮਨ ਬੀਇੰਗ ਇਹ ਅਸਲ ਦੇ ਵਿੱਚ ਇੱਥੇ ਦੱਸਣਾ ਭੁੱਲ ਗਏ ਇੱਥੇ ਹੋਣਾ ਸੀ ਇਨਫਿਨਿਟਿਵ ਕਹਿਣਾ ਸੀਗਾ ਜਦੋਂ ਵੀ ਇਨਫਿਨਿਟਿਵ ਆ ਜਾਏ ਤੇ 2 ਪਲੱਸ ਪਹਿਲੀ ਫਾਰਮ ਲਗਾਉਣੀ ਹੈ ਤਾਂ 2 에ਰਰ ਆ ਜਾਏਗਾ ਠੀਕ ਹੈ ਥੱਲੇ ਮੈਂ ਲਿਖਤਾ ਸੀ ਇਨਫਿਨਿਟਿਵ ਹਾਂਜੀ ਅੱਗੇ ਹੈ ਨੈਕਸਟ ਫਿਰ ਇਨਫਿਨਿਟਿਵ ਭਰਨਾ ਹੈ ਹਾਂਜੀ ਇਹ ਬੇਅਰ ਇਨਫਿਨਿਟਿਵ ਦਾ ਰੂਲ ਹੈ ਠੀਕ ਹੈ ਬੇਅਰ ਇਨਫਿਨਿਟਿਵ ਦੇ ਉਦੋਂ ਆਪਾਂ ਕੀ ਲਗਾਉਣਾ ਹੁੰਦਾ ਬੇਟਾ ਪਹਿਲੀ ਫਾਰਮ ਹੀ ਲਗਾਉਣੀ ਹੁੰਦੀ ਹੈ ਇੱਥੇ ਲਾਫ ਆਏਗਾ ਠੀਕ ਹੈ ਜੀ ਅ ਮੈਂ ਇੱਕ ਹੋਰ ਚੀਜ਼ ਦੱਸੀ ਸੀਗੀ ਵੀ ਤੁਸੀਂ ਕੀ ਕਰਨਾ ਹੈ ਜਦੋਂ ਵੀ ਇਨਫਿਨਿਟੀ ਵਾਲਾ ਕੋਈ ਆ ਜਾਏ ਪਹਿਲਾਂ ਤੁਸੀਂ ਟੂ ਨਾਲ ਬਣਾ ਕੇ ਆ ਜੀਓ ਤੇ ਲਾਸਟ ਤੇ ਪਹਿਲੀ ਫਾਰਮ ਨਾਲ ਬਣਾ ਕੇ ਆ ਜੀਓ ਤਾਂ ਜੋ ਤੁਹਾਡਾ ਇੱਕ ਪਾਸੇ ਠੀਕ ਹੋ ਜਾਏਗਾ ਨੇਮ ਆਫ ਦੀ ਗਾਰਡਨਰ ਵਾਸ ਠੀਕ ਹੈ ਮਾਲੀ ਦਾ ਨਾਮ ਦੱਸਣਾ ਕੀ ਸੀਗਾ ਮਾਲੀ ਦਾ ਨਾਮ ਸੀ ਪੀਟਰ ਹੂ ਵਾਸ ਦੀ ਡਾਰਕ ਗਰਲ ਇਨ ਰੈੱਡ ਔਨ ਕ੍ਰਚਸ ਠੀਕ ਹੈ ਵਿਸਾਖੀਆਂ ਦੇ ਉੱਪਰ ਜਿਹੜੀ ਲਾਲ ਰੰਗ ਦੇ ਪਿਛਾਾਕ ਵਿੱਚ ਪਾਈ ਹੋਈ ਡਾਰਕ ਗਰਲ ਜਿਹੜੀ ਕਾਲੇ ਰੰਗ ਦੀ ਲੜਕੀ ਹੈ ਜਿਹੜੀ ਉਹ ਕੌਣ ਸੀ ਹਾਂਜੀ ਉਹ ਸੀਗਾ ਬੇਰਲ ਠੀਕ ਹੈ ਨੈਕਸਟ ਐਸ ਜੀ ਦੀ ਆਥਰ ਆਸਕਰਡ ਦੀ ਗਰਲ ਇਫ ਸ਼ੀ ਐਵਰ ਹਾਂਜੀ ਲੇਖਕ ਨੇ ਲੜਕੀ ਨੂੰ ਪੁੱਛਿਆ ਕੀ ਕਦੇ ਉਸਨੇ ਚੋਰੀ-ਚੋਰੀ ਚਾਤੀ ਮਾਰੀ ਤਾਂ ਇਹਦਾ ਆਨਸਰ ਆਏਗਾ ਪੀਪਡ ਪੀਪਡ ਦਾ ਮਤਲਬ ਹੈ ਚੋਰੀ-ਚੋਰੀ ਚੱਕਣਾ ਦੀ ਕਰਲ ਟੋਲਡ ਥੈਟ ਹਰ ਗਾਈਡਸ ਵਾ ਡੈਸ਼ ਗੁੱਡ ਲੜਕੀ ਨੇ ਦੱਸਿਆ ਕਿ ਉਸਦੇ ਜਿੰਨੇ ਵੀ ਗਾਈਡ ਹੈ ਉਹ ਕੌਣ ਕੀ ਹੈ ਪ੍ਰੀਟੀ ਗੁੱਡ ਬਹੁਤ ਹੀ ਚੰਗੇ ਸਨ Who is the author of the chapter school for sympathy school for sympathy da lekhak kon hai E V Lucas theek hai ji Millie was the head girl of the school true false statement hai Millie apne school di head girl si haan ji eh uttar ban jayega ji true she is a man in a starched shirt haan ji usne ek starched shirt dasna hai cotton aayega beta ida cotton shirt de vich ek aadmi nu dekhya Harry kyun wanted compensation from Harry kin kis to muawza chahunda si ਓਨਰ ਆਫ ਦੀ ਡੋਗ ਕੁੱਤੇ ਦੇ ਮਾਲਕ ਤੋਂ ਕਿਉਂਕਿ ਕੁੱਤੇ ਨੇ ਉਸ ਨੂੰ ਕੱਟ ਲਿਆ ਸੀ ਕਰਮ ਸਿੰਘ ਫਾਦਰ ਵਾਸ ਹੈਪੀ ਟੂ ਸੀ ਮਾਨ ਸਿੰਘ ਐਂਡ ਗਿਵ ਹਿਮ ਆ ਵਾਰਮ ਵੈਲਕਮ ਕਰਮ ਸਿੰਘ ਦਾ ਪਿਤਾ ਮਾਨ ਸਿੰਘ ਨੂੰ ਦੇਖ ਕੇ ਖੁਸ਼ ਹੋਇਆ ਤੇ ਉਸ ਨੂੰ ਇੱਕ ਗਰਮ ਜੋਸ਼ੀ ਦਾ ਸਵਾਗਤ ਕੀਤਾ ਹਾਂਜੀ ਇਹ ਸਟੇਟਮੈਂਟ ਫਾਲਸ ਹੈ ਠੀਕ ਹੈ ਜੀ 30 ਖਾਰਾ ਇਜ਼ ਇਨ ਮਾਜਾ 30 ਖਾਰਾ ਮਾਜੇ ਵਿੱਚ ਪੈਂਦਾ ਜੀ ਹਾਂਜੀ ਇਹ ਅੰਮ੍ਰਿਤਸਰ ਵਿੱਚ ਪੈਂਦਾ ਤੇ ਅੰਮ੍ਰਿਤਸਰ ਮਾਜੇ ਦਾ ਹੀ ਇੱਕ ਏਰੀਆ ਹੈ ਇਹ ਸਟੇਟਮੈਂਟ ਹੋ ਗਈ ਟ੍ਰੂ ਕਰਮ ਸਿੰਘ ਵਾਸ ਫੇਮਸ ਐਜ਼ ਆ ਕਰਮ ਸਿੰਘ ਪ੍ਰਸਿੱਧ ਸੀ ਕਿਸ ਚੀਜ਼ ਦੇ ਲਈ ਪ੍ਰਸਿੱਧ ਸੀ ਪੱਕੇ ਨਿਸ਼ਾਨੇ ਲਈ ਪ੍ਰਸਿੱਧ ਸੀਗਾ ਕ੍ਰੈਕ ਸ਼ਾਟ ਇਸ ਸਵਾਲ ਦਾ ਉੱਤਰ ਬਣੇਗਾ ਕ੍ਰੈਕ ਸ਼ਾਟ ਜਸਵੰਤ ਸਿੰਘ ਐਂਡ ਕਰਮ ਸਿੰਘ ਵਾਰ ਬ੍ਰਦਰਸ ਹਾਂਜੀ ਦੋਨੋਂ ਹੀ ਬ੍ਰਦਰ ਸਨ ਜਸਵੰਤ ਸਿੰਘ ਤੇ ਕਰਮ ਸਿੰਘ ਦੋਨੋਂ ਕੀ ਸਨ ਬ੍ਰਦਰ ਇਸ ਸਟੇਟਮੈਂਟ ਬਣੇਗੀ ਟ੍ਰੂ ਡੈਸ਼ ਬਰਾਡ ਦੀ ਪੈਨਸ਼ਨ ਪੇਪਰ ਆਫ ਕਰਮ ਸਿੰਘ ਕਰਮ ਸਿੰਘ ਦੇ ਦੇ ਪੈਨਸ਼ਨ ਪੇਪਰ ਕੌਣ ਲੈ ਕੇ ਆਇਆ ਸੀ ਦਾ ਪੋਸਟਮੈਨ ਠੀਕ ਹੈ ਜੀ ਹਾਂਜੀ ਡਿਊਰਿੰਗ ਦੀ ਬਲਾਈਂਡ ਡੇ ਚਿਲड्रन ਡੈਸ਼ ਵਾਰ ਬੈਂਡਜ ਹਾਂਜੀ ਅਨੇ ਦਿਨ ਵਿੱਚ ਬੱਚਿਆਂ ਦੇ ਕੀ ਬੰਦ ਦਿੱਤੇ ਜਾਂਦੇ ਸੀ ਆਈਜ਼ ਅੱਖਾਂ ਬੰਦ ਦਿੱਤੀਆਂ ਜਾਂਦੀਆਂ ਸਨ ਕਮੇਲੀਅਨ ਇਜ਼ ਅ ਟਾਈਪ ਆਫ ਕਮੇਲੀਅਨ ਜਿਹੜਾ ਉਹ ਕਿਸ ਦੀ ਇੱਕ ਕਿਸਮ ਹੈ ਉਹ ਹੈ ਲਿਜ਼ਰਡ ਛਿਪਕਲੀ ਜਿਹਨੂੰ ਕਹਿੰਦੇ ਨੇ ਆਪਾਂ ਉਹਦੇ ਪਰਿਵਾਰ ਵਿੱਚੋਂ ਹੈ ਕਮੇਲੀਅਨ ਗਿਰਗਟ ਹੈਰੀਕਨ ਵਾਸ ਅਨਏਬਲ ਟੂ ਵਰਕ ਫਾਰ ਅ ਡੈਸ਼ ਹੈਰੀਕਨ ਨੂੰ ਕੁੱਤੇ ਨੇ ਕੱਟ ਲਿਆ ਉਹਦੀ ਖੂਨ ਵਿੱਚੋਂ ਉਂਗਲ ਵਿੱਚੋਂ ਖੂਨ ਨਿਕਲਣ ਲੱਗ ਪਿਆ ਤੇ ਉਹ ਕਿੰਨੇ ਸਮੇਂ ਦੇ ਲਈ ਕੰਮ ਕਰਨ ਦੇ ਅਨੇਬਲ ਹੋ ਗਿਆ ਅਜਿਹਾ ਉੱਤਰ ਬਣੇਗਾ ਵੀਕ ਚੰਦੂ ਬਾਜ਼ ਦਾ ਡੈਸ਼ ਬਾਈ ਕਾਸਟ ਚੰਦੂ ਜਾਤੋਂ ਕੀ ਸੀ ਬਾਰਬਰ ਸੀਗਾ ਨਾਈ ਸੀਗਾ ਵਟ ਡਿਡ ਚੰਦੂ ਫਾਦਰ ਡਾਈ ਆਫ ਚੰਦੂ ਦਾ ਪਿਤਾ ਕਿਸ ਕਰਕੇ ਮਰਿਆ ਪਲੇਗ ਨਾਲ ਮਰਿਆ ਇਹਦਾ ਰਾਈਟ ਆਨਸਰ ਹੋਏਗਾ ਪਲੇਗ ਹੂ ਵਾਸ ਦੀ ਨਰੇਟਰ ক্লোਜ਼ ਫਰੈਂਡ ਇਨ ਦੀ ਸਟੋਰੀ ਦੀ ਬਾਰਬਰ ਟ੍ਰੇਡ ਜੁਨੀਅਰ ਹਾਂਜੀ ਬਾਰਬਰ ਟ੍ਰੇਡ ਜੁਨियन ਦੇ ਵਿੱਚ ਲੇਖਕ ਦਾ ਜਿਹੜਾ ਕਲੋਸ ਫਰੈਂਡ ਕੌਣ ਸੀਗਾ ਹਾਂਜੀ ਉਹ ਸੀਗਾ ਚੰਦੂ ਹੂ ਗਿਵ ਆ ਪੇਅਰ ਆਫ ਖਾਕੀ ਸ਼ੋਰਟ ਟੂ ਚੰਦੂ ਚੰਦੂ ਨੂੰ ਇੱਕ ਖਾਕੀ ਪਤਲੂਨ ਦਾ ਜੋੜਾ ਕਿਸ ਨੇ ਦਿੱਤਾ ਹਾਂਜੀ ਇਹ ਦਿੱਤਾ ਸੀ ਰਿਟਾਇਰਡ ਸੂਬੇਦਾਰ ਨੇ ਆ ਫਰੈਂਡ ਇਜ਼ ਗੋਡ ਵੇ ਆਫ ਅਨਸਰਿੰਗ ਆਵਰ ਨੀਡਸ ਹਾਂਜੀ ਬਿਲਕੁਲ ਸਹੀ ਹੈ ਟ ਸਟੇਟਮੈਂਟ ਇਹ ਠੀਕ ਹੈ ਇਹ ਆਏਗੀ ਟ੍ਰੂ ਸਟੇਟਮੈਂਟ ਜੌਨ ਇਜ਼ ਸਿਟਿੰਗ ਅਮੰਗ ਡੈਸ਼ ਜੋਨ ਕਿਨਾਂ ਵਿੱਚ ਕਾਰ ਬੈਠਾ ਸੀ 올ਡ ਫੋਕ ਦੇ ਵਿੱਚ ਬੈਠਾ ਹੋਇਆ ਸੀ ਜਿਹੜੇ ਬੁੱਢੇ ਪਿੰਡੂ ਲੋਕਾਂ ਦੇ ਵਿੱਚਕਾਰ ਬੈਠਾ ਹੋਇਆ ਸੀ ਜੋਨ ਇਜ਼ ਸਿਟਿੰਗ ਅੰਡਰ ਜੋ ਜੋਨ ਕਿਦੇ ਥੱਲੇ ਬੈਠਾ ਹੋਇਆ ਸੀ ਜੋਨ ਜਿਹੜਾ ਓਕ ਦੇ ਟ੍ਰੀ ਥੱਲੇ ਬੈਠਾ ਹੋਇਆ ਸੀਗਾ ਜਿਹਨੂੰ ਆਪਾਂ ਬੋਰਡ ਦਾ ਦਰਖਤ ਕਹਿ ਦਿੰਨੇ ਆ ਓਕ ਟ੍ਰੀ ਠੀਕ ਹੈ ਜੀ ਹੂ ਵਾਸ ਹਸਨ ਹਸਨ ਕੌਣ ਸੀਗਾ ਸਟੂਡੈਂਟ ਆਫ ਐਮਸੀਏ ਐਮਸੀਏ ਦਾ ਵਿਦਿਆਰਥੀ ਸੀ ਵਾਟ ਟਾਈਪ ਆਫ ਸਟੂਡੈਂਟ ਵਾਸ ਹਸਨ ਹਸਨ ਕਿਸ ਕਿਸਮ ਦਾ ਵਿਦਿਆਰਥੀ ਸੀ ਹਾਂਜੀ ਉਹ ਬ੍ਰਾਈਟ ਐਂਡ ਬਟ ਇਰਰੇਗੂਲਰ ਠੀਕ ਹੈ ਹੁਸ਼ਿਆਰ ਸੀਗਾ ਪਰ ਉਹ ਕਦੇ-ਕਦੇ ਹੀ ਸਕੂਲ ਆਉਂਦਾ ਸੀ ਇਰੈਗੂਲਰ ਸੀਗਾ ਵਾਟ ਕਾਈਂਡ ਆਫ ਅ ਟੀਚਰ ਵਾਸ ਸੁਦਾਮੁਰਤੀ ਸੁਦਾਮੁਰਤੀ ਕਿਸ ਕਿਸਮ ਦੀ ਅਧਿਆਪਕਾ ਸੀ ਸੁਦਾਮੁਰਤੀ ਜਿਹੜੀ ਉਹ ਕਾਈਂਡ ਸੀ ਐਫੀਸ਼ੀਐਂਟ ਸੀ ਐਂਡ ਲਵਿੰਗ ਸੀ ਠੀਕ ਹੈ ਜੀ ਵਾਟ ਡਿਡ ਹਸਨ ਸਟੱਡੀ ਹਸਨ ਕਿਵੇਂ ਪੜਾਈ ਕਰਦਾ ਸੀ ਉਹ ਹਮੇਸ਼ਾ ਓਨਲੀ ਨੀਅਰ ਦੀ ਐਗਜ਼ਾਮੀਨੇਸ਼ਨ ਪ੍ਰੀਖਿਆਵਾਂ ਦੇ ਨੇੜੇ ਹੀ ਆਪਣੀ ਤਿਆਰੀ ਕਰਦਾ ਸੀ ði ਸੈਂਟੈਂਸ ਓਲਡ ਹੈਬਟ ਡਾਈ ਹਾਰਡ ਵਾਸ ਸਪੋਕਨ ਬਾਈ ਪ੍ਰਾਣੀਆਂ ਆਦਤਾਂ ਬੜੀਆਂ ਔਖੀਆਂ ਹੀ ਖਤਮ ਹੁੰਦੀਆਂ ਐ ਜਾਂ ਜਾਂਦੀਆਂ ਇਸ ਜਿਹੜਾ ਵਾਕ ਹੈ ਕਿਸ ਨੇ ਕਿਹਾ ਸੀ ਇਹ ਵਾਕ ਕਿਹਾ ਸੀ ਹਸਨ ਨੇ ਠੀਕ ਹੈ ਹਸਨ ਵਾਜ਼ ਆ ਵੈਰੀ ਰੈਗੂਲਰ ਐਂਡ ਰਿਸਪੌਂਸੀਬਲ ਸਟੂਡੈਂਟ ਕਹਿੰਦੇ ਹਸਨ ਰੋਜ਼ ਰੈਗੂਲਰ ਮਤਲਬ ਜਿਹੜਾ ਰੋਜ਼ ਸਕੂਲ ਜਾਵੇ ਤੇ ਰਿਸਪੌਂਸੀਬਲ ਮੀਨਸ ਜ਼ਿੰਮੇਦਾਰ ਵਿਦਿਆਰਥੀ ਸੀ ਹਾਂਜੀ ਇਹ ਸਟੇਟਮੈਂਟ ਹੈ ਫਾਲਸ ਦੀ ਪੀਟੀਐਮ ਵਾਜ਼ ਕੁਆਇਟ ਫਰੂਟਫੁਲ ਜਿਹੜੀ ਪੇਰੈਂਟ ਟੀਚਰ ਮੀਟਿੰਗ ਆ ਉਹ ਪੂਰੀ ਤਰ੍ਹਾਂ ਸਾਰਤਕ ਸਾਬਤ ਹੋਈ ਹਾਂਜੀ ਇਹ ਦਾ ਆਨਸਰ ਬਣੇਗਾ ਫਾਲਸ ਠੀਕ ਹੈ ਜੀ ਕਿਉਂਕਿ ਉਹਦਾ ਕੋਈ ਨਤੀਜਾ ਨਹੀਂ حسن واز ٹولڈ بائے ہز فادر ٹو لِیو سیپریٹلی حسن واز دے پتا نے الگ رہن دے لئی کہیا سی ہاں جی اس سٹیٹمنٹ بالکل ٹرو ہے۔ حسن بیکیم اونلی ا سمال سیلز مین اف سمال چھوٹا جی ا ایک سیلز مین بنیا سی کمپیوٹر سافٹ ویئر دا ٹھیک ہے یہ رکھ لینا ہے۔ ਸੁਦਾ ਮੂਰਤੀ ਵਾਜ਼ ਦਾ ਟੀਚਰ ਆਫ ਸੁਦਾ ਮੂਰਤੀ ਕਿਸ ਚੀਜ਼ ਦੀ ਅਧਿਆਪਕਾ ਸੀ ਕੰਪਿਊਟਰ ਸਾਇੰਸ ਦੀ ਅਧਿਆਪਕਾ ਸੀ ਇਹ ਤਾਂ ਵਾਜ਼ ਦੀ ਬੈਸਟ ਫਰੈਂਡ ਆਫ ਹਸਨ ਇਹਦਾ ਜਿਹੜਾ ਉਹ ਹਸਨ ਦਾ ਇੱਕ ਪੱਕਾ ਦੋਸਤ ਸੀ ਹਾਂਜੀ ਇਹ ਸਟੇਟਮੈਂਟ ਹੋ ਗਈ ਗਲਤ ਕਿਉਂਕਿ ਇਹਦਾ ਜਿਹੜਾ ਉਹ ਜான் ਫਲਿਪ ਦਾ ਬੈਸਟ ਫਰੈਂਡ ਸੀ ਚਾਰਲੀ ਵਾਜ਼ ਦੀ ਬੇਕਰੀ ਓਨਰ ਚਾਰਲੀ ਹੈ ਜਿਹੜਾ ਉਹ ਕਹਿੰਦੇ ਬੇਕਰੀ ਓਨਰ ਸੀ ਹਾਂਜੀ ਬਿਲਕੁਲ ਸਹੀ ਸਟੇਟਮੈਂਟ ਹੈ ਫਲਿਪ ਹੈਡ ਡਿਸਾਈਡਡ ਟੂ ਜੁਆਇਨ ਸਰਕਸ ਫਲਿਪ ਨੇ ਸਰਕਸ ਜੁਆਇਨ ਕਰਨ ਦਾ ਫੈਸਲਾ ਲਿਆ ਹਾਂਜੀ ਇਹ ਸਟੇਟਮੈਂਟ ਵੀ ਬਿਲਕੁਲ ਟ੍ਰੂ ਹੈ flip had decided to join circus is it we बिल्कुल स्टेटमेंट ट्रू है flip loved to work at the bakery flip jaada bakery vich kam karna pasand karda si han ji statement hogi false how old was flip flip di umar ki si when he accepted leadership of the marine band jado usne marine band di agwai nu swikar kita oh 26 sal di umar si mr isputa was a music teacher of jada mr isputa oh kis da music teacher si john flip soza da music teacher si ਠੀਕ ਹੈ ਜੀ ਕਿਉਂਕਿ ਮਿਊਜ਼ਿਕ ਦਾ ਜਿਹੜਾ ਸ਼ੌਂਕ ਸੀਗਾ ਉਹ ਕਿਹਨੂ ਸੀਗਾ ਜான் ਫਲਿੱਪਸ ਉਸਾ ਨੂੰ ਉਹ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਸੀ ਬਚਪਨ ਦੇ ਵਿੱਚ ਜான் ਫਲਿੱਪਸ ਉਸਾ ਬੀਕਮਡ ਦੀ ਡੈਸ਼ ਆਫ ਦੀ ਮਰੀਨ ਬੈਂਡ ਜான் ਫਲਿੱਪਸ ਉਸਾ ਮਰੀਨ ਬੈਂਡ ਦਾ ਕੀ ਬਣ ਗਿਆ ਲੀਡਰ ਬਣ ਗਿਆ ਠੀਕ ਹੈ ਜੀ ਦੀ ਟਰਮ ਲਿਟਰਲ ਥਿੰਕਿੰਗ ਵਾਸ ਕੋਇਨਡ ਬਾਈ ਐਡਵਰਡ ਡੀ ਬੋਨੋ ਲਿਟਰਲ ਥਿੰਕਿੰਗ ਜਿਹੜੀ ਸ਼ਬਦ ਹੈ ਉਹਦਾ ਨਿਰਮਾਣ ਐਡਵਰਡ ਡੀ ਬੋਨੋ ਨੇ ਕੀਤਾ ਬਿਲਕੁਲ ਸਹੀ ਸਟੇਟਮੈਂਟ ਹੈ ਥਾਮਸ ਵਾਸ ਆ ਬੈਗਰ ਥੋਮਸ ਇੱਕ ਭਿਖਾਰੀ ਸੀ ਇਹ ਹੋ ਗਈ ਫਾਲਸ ਸਟੇਟਮੈਂਟ ਕਿਉਂਕਿ ਥੋਮਸ ਵਾਜ਼ ਅ ਮਲੇਨੀਅਰ ਇੱਕ ਮਲੇਨੀਅਰ ਸੀ ਥੋਮਸ ਹੈਡ ਆਫ ਫਰਾਰੀ ਕਾਰ ਥੋਮਸ ਦੇ ਕੋਲ ਫਰਾਰੀ ਕਾਰ ਸੀ ਬਿਲਕੁਲ ਟru ਹੈ ਜੀ ਸਟੇਟਮੈਂਟ ਇਹ ਥੋਮਸ ਬੋਰੋ 5000 ਡਾਲਰ ਫਰੋਮ ਅ ਬੈਂਕ ਥੋਮਸ ਨੇ ਬੈਂਕ ਤੋਂ 5000 ਡਾਲਰ ਉਧਾਰ ਲਏ ਬਿਲਕੁਲ ਇਹ ਸਟੇਟਮੈਂਟ ਟru ਹੈ ਜੀ ਦੀ ਬੈਂਕ ਵਾਜ਼ ਲੋਕੇਟਡ ਇਨ ਦੀ ਮਿਡਲ ਆਫ ਨਿਊਯਾਰਕ ਸਿਟੀ ਬੈਂਕ ਨਿਊਯਾਰਕ ਸਿਟੀ ਦੇ ਬਿਲਕੁਲ ਵਿਚਕਾਰ ਸਥਿਤ ਸੀ ਬਿਲਕੁਲ ਸਹੀ ਹੈ ਜੀ ਇਹ ਸਟੇਟਮੈਂਟ ਨਿਊਯਾਰਕ ਇਜ਼ ਡੈਸ਼ ਬਿਗ ਸਿਟੀ ਹਾਂਜੀ ਨਿਊ ਜੋਗ ਇਥੇ ਫਿਲਨ ਦੀ ਬਲੈਂਕਸ ਦੇ ਵਿੱਚ ਆਰਟੀਕਲ ਫਿਲ ਕਰਨਾ ਇਜ਼ ਆ ਬਿਗ ਸਿਟੀ ਆਏਗਾ ਜੀ ਠੀਕ ਹੈ ਜੀ ਤੇ ਮੈਂ ਉਮੀਦ ਕਰਦਾ ਹਾਂ ਵੀ ਸਾਰੇ ਬੱਚਿਆਂ ਨੂੰ ਅੱਜ ਦਾ ਜਿਹੜਾ ਇਹ ਸੈਸ਼ਨ ਹੈ ਜਿਹੜਾ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਇਹ ਤਿਆਰੀ ਦੇ ਲਈ ਐਮਸੀਕਿਊ ਜਿਹੜੇ ਬੱਚਿਆਂ ਨੂੰ ਸ਼ੇਅਰ ਕੀਤੇ ਗਏ ਸੀ ਮੇਰੇ ਵੱਲੋਂ ਤੇ ਇਸ ਉਮੀਦ ਨਾਲ ਕਿ ਸਾਰੇ ਬੱਚੇ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹੋਣਗੇ ਤੇ ਬਹੁਤ ਬਹੁਤ ਸ਼ੁਕਮਨਾਵਾਂ ਪੇਪਰ ਦੇ ਲਈ ਬਹੁਤ ਬਹੁਤ ਧੰਨਵਾਦ